ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਇੱਕ ਬੱਚਾ ਦੁਕਾਨ ਦੇ ਅੰਦਰ ਵੜਦਾ ਏ, ਗੱਲੇ ਦੇ ਵਿੱਚੋਂ 70,000 ਰੁਪਏ ਕੱਢਦਾ ਏ ਅਤੇ ਫਰਾਰ ਹੋ ਜਾਂਦਾ ਏ। ਦਰਅਸਲ ਦੁਕਾਨਦਾਰ ਦਾ ਕਹਿਣਾ ਹੈ ਕਿ ਬੱਚਾ ਰੋਜ਼ਾਨਾ ਉਸਦੇ ਕੋਲੋਂ ਟੌਫੀਆਂ ਮੰਗਣ ਆਉਂਦਾ ਸੀ। ਇਸ ਦੇ ਨਾਲ ਹੋਰ ਵੀ ਕਈ ਲੋਕ ਅਤੇ ਬੱਚੇ ਸ਼ਾਮਿਲ ਨੇ। ਦੁਕਾਨਦਾਰ ਦਾ ਕਹਿਣਾ ਹੈ ਕਿ ਇੱਕ ਗਰੋਹ ਲੁਧਿਆਣਾ ਸ਼ਹਿਰ ਦੇ ਵਿੱਚ ਘੁੰਮ ਰਿਹਾ ਏ, ਇਹ ਪਹਿਲਾਂ ਤਾਂ ਆ ਕੇ ਮੰਗ ਕਰਕੇ ਤੁਹਾਡੀ ਦੁਕਾਨ ਦੀ, ਤੁਹਾਡੇ ਘਰ ਦੀ ਰੇਕੀ ਕਰਦੇ ਨੇ, ਉਸ ਤੋਂ ਬਾਅਦ ਕੋਈ ਬੱਚਾ ਜਾ ਕੇ ਵਾਰਦਾਤ ਕਰ ਦਿੰਦਾ ਏ। ਤਾਂ ਦੁਕਾਨ ਦੇ ਅੰਦਰ ਜਵੈਲਰੀ ਸ਼ੋਪ ਦੀ ਇਹ ਦੁਕਾਨ ਹੈ, ਦੁਕਾਨਦਾਰ ਦੇ ਵੱਲੋਂ ਇੱਕ ਕੈਮਰਾ ਲਗਾਇਆ ਗਿਆ ਏ, ਕੈਮਰਾ ਫਿਕਸ ਕੀਤਾ ਗਿਆ ਸੀ, ਜਿਸ ਦੇ ਵਿੱਚ ਬੱਚਾ ਸਾਫ਼ ਸਾਫ਼ ਦੇਖਿਆ ਜਾ ਸਕਦਾ ਏ ਕਿ ਕਿਵੇਂ ਚੁੱਪ ਚਪੀਤੇ ਦੁਕਾਨ ਦੇ ਅੰਦਰ ਵੜਦਾ ਏ। ਦੁਕਾਨ ਦੇ ਅੰਦਰ ਵੜ ਕੇ ਸਿੱਧਾ, ਉਸਨੂੰ ਪਤਾ ਸੀ ਕਿ ਗੱਲਾ ਕਿੱਥੇ ਹੈ, ਸਿੱਧਾ ਗੱਲੇ ਦੇ ਵੱਲ ਜਾਂਦਾ ਏ, ਗੱਲਾ ਖੋਲਦਾ ਏ, ਪੈਸੇ ਕੱਢਦਾ ਏ ਅਤੇ ਫਰਾਰ ਹੋ ਜਾਂਦਾ ਏ। ਤਾਂ ਤਸਵੀਰਾਂ ਪੰਜਾਬ ਦੇ ਲੁਧਿਆਣੇ ਦੀਆਂ, ਮਹਾਂਨਗਰ ਜਿੱਥੇ ਹੁਣ ਬੱਚੇ ਵੀ ਚੋਰੀ ਕਰਨ ਲੱਗੇ ਨੇ। ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਨਿੱਕਾ ਜਿਹਾ ਜਵਾਕ, 9 ਸਾਲਾਂ ਦਾ ਜਵਾਕ 70,000 ਰੁਪਏ ਚੋਰੀ ਕਰਕੇ ਲੈ ਗਿਆ। ਹਾਲਾਂਕਿ ਦਿਨ ਦਿਹਾੜੇ ਪੂਰੀ ਮਾਰਕੀਟ ਦੇ ਵਿੱਚ ਰਸ਼ ਸੀ, ਪਰ ਫਿਰ ਵੀ ਇਹ ਬੱਚਾ ਨਹੀਂ ਡਰਿਆ। ਸ਼ਟਰ ਦੇ ਨੀਚਿਓਂ ਦੀ ਵੜ ਕੇ ਇਹ ਦੁਕਾਨ ਦੇ ਅੰਦਰ ਦਾਖਲ ਹੁੰਦਾ ਏ ਅਤੇ 70,000 ਰੁਪਏ ਗੱਲੇ ਦੇ ਵਿੱਚੋਂ ਕੱਢ ਕੇ ਵਾਪਸ ਹੋ ਜਾਂਦਾ ਏ। ਅਕਸਰ ਹੀ ਮਾਰਕੀਟ ਦੇ ਵਿੱਚ ਇਸ ਤਰੀਕੇ ਦੇ ਬੱਚੇ ਟੌਫੀਆਂ ਵਗੈਰਾ ਮੰਗਦੇ ਹੋਏ ਵਿਖਾਈ ਦਿੰਦੇ ਨੇ। ਤਾਂ ਦੁਕਾਨਦਾਰ ਦੇ ਕੋਲ ਵੀ ਇਹ ਬੱਚਾ ਰੋਜ਼ ਆਉਂਦਾ ਸੀ। ਤਾਂ ਹੁਣ ਦੁਕਾਨਦਾਰ ਦਾ ਇਹ ਕਹਿਣਾ ਕਿ ਬੱਚੇ ਅਤੇ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਜਾਵੇ ਤਾਂ ਕਿ ਉਸਦੇ ਨਾਲ ਨਾਲ ਹੋਰ ਕੋਈ ਦੁਕਾਨਦਾਰ ਇਸ ਚੋਰੀ ਦਾ ਸ਼ਿਕਾਰ ਨਾ ਹੋਵੇ।